ਤੇ ਖਿਸ਼ਕਾਂ ਚਰੇ ਪੈਰਾਂ ਮੇਰੇ ਬਹਾਦਰ ਕਿਸਾਨੋ ਜਦੋਂ ਕਿਸੇ ਕੌਮ ਤੇ ਭੀੜ ਆਉਂਦੀ ਹੈ ਉਹ ਸੜਕਾਂ ਤੇ ਆਉਂਦੀ ਹੈ ਮੇਰੀਆਂ ਮਾਤਾਵਾਂ ਭੈਣਾਂ ਨੌਜਵਾਨ ਵੀਰ ਬਹੁਤ ਸਾਰੇ ਬਜ਼ੁਰਗ ਸਾਰਿਆਂ ਨੂੰ ਪਹਿਲਾਂ ਦਿੱਤੇ ਹੋਏ ਦਸਵੇਂ ਗੁਰੂ ਦੇ ਨਾਅਰੇ ਨੂੰ ਕਰੋ ਬੁਲੰਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਦੋਂ ਪਹਿਲਾਂ ਬਚਪਨ ਦੀ ਉਮਰ ਦੇ ਵਿੱਚ ਜੇ ਕੋਈ ਉੱਚੀ ਗੱਲ ਕਰ ਦਿੰਦਾ ਸੀ ਉਹਨੂੰ ਕਹਿ ਦਿੰਦੇ ਸੀਗੇ ਵੀ ਤੂੰ ਕੀ ਟਾਟਾ ਮਿਲ ਲੈ ਪਰ ਸੁਣੇ ਸੀਗੇ ਦੇਖੇ ਨਹੀਂ ਸੀ ਹੁਣ ਮਤਲਬ ਜਿਹੜੇ ਟਾਟੇ ਵਿਰਲੇ ਨੇ ਸਾਡੀ ਜ਼ਮੀਨਾਂ ਨੂੰ ਹੜੱਪਣਾ ਚਾਹੁੰਦੇ ਨੇ ਇਹਨਾਂ ਦਾ ਦੁੱਖ ਸਮਾਂ ਪੈ ਕੇ ਲੱਗਦਾ ਜਿਵੇਂ ਕਿ ਸਾਡੇ ਇਲਾਕੇ ਦੇ ਲਵੇ ਇੱਕ ਕਿਸੇ ਕੰਪਨੀ ਨੇ ਥਰਮਲ ਪਲਾਂਟ ਪਾਇਆ ਥਰਮਲ ਪਲਾਂਟ ਦੇ ਵਿੱਚ ਉੱਥੇ ਬਹੁਤ ਮਜ਼ਦੂਰ ਉਹ ਖੇਤਾਂ ਦੇ ਵਿੱਚ ਕੰਮ ਕਰਦੇ ਸੀਗੇ ਜਿਹਨਾਂ ਦਾ ਸਾਰਾ ਰੁਜ਼ਗਾਰ ਖੋਇਆ ਗਿਆ ਤੇ ਕਿਸਾਨਾਂ ਦਾ ਰੁਜ਼ਗਾਰ ਉੱਥੋਂ ਖੋਇਆ ਉਦੋਂ ਵੱਡਾ ਨੁਕਸਾਨ ਉਹ ਕੰਪਨੀਆਂ ਨੇ ਇਸ ਪਿੰਡ ਦੇ ਉੱਤੋਂ ਗੱਡੀ ਦੀ ਲਾਈਨ 25 ਫੁੱਟ ਉੱਚੀ ਗਈ ਹੈ ਉਹ ਸਾਡੇ ਪਿੰਡ ਦੇ ਬਿਲਕੁਲ ਨਾਲ ਦੀ ਗਈ ਹੈ ਕਿਉਂਕਿ ਉੱਥੇ ਸਾਨੂੰ ਬੜੀ ਦਿੱਕਤ ਆਈ ਸੀ ਉਸ ਸਮੇਂ ਤੇ ਜੇ ਉਹ ਕੰਪਨੀ ਨੇ ਅੱਗੇ ਉੱਤੇ ਥਰਮਲ ਬੁਲਾਇਆ ਸਾਡੇ ਲੋਕਾਂ ਦੇ ਉੱਤੋਂ ਰਸਤੇ ਬੰਦ ਕਰਤੇ ਸੀਗੇ ਪਰ ਫਿਰ ਆਹ ਲੋਕ ਇਕੱਠੇ ਹੋ ਕੇ ਸਾਲ 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 ਲੜਾਈ ਲੜ ਕੇ ਉਹਨਾਂ ਤੋਂ ਰਸਤੇ ਫੇਰ ਲੈਂਦੇ ਹੈ ਇਸ ਕਰਕੇ ਸਾਰੇ ਕਿਸਾਨ ਵੀਰੋ ਬੇਨਤੀ ਹੈ ਵੀ ਜਿਹੜੀ ਇਹ ਲੜਾਈ ਹੈ ਬਹੁਤ ਲੰਮੀ ਚੱਲਣੀ ਹੈ ਪਿੰਡਾਂ ਦੇ ਵਿੱਚ ਗੱਲ ਆਉਂਦੀ ਹੈ ਵੀ ਤੁਸੀਂ ਗੱਡੀਆਂ ਦੀਆਂ ਲਿਹਾਂ ਤੇ ਕਿਉਂ ਬੈਠੇ ਹੋ ਤੁਸੀਂ ਮਤਲਬ ਜਾਂ ਦਿੱਲੀ ਨਹੀਂ ਜਾਂਦੇ ਹੋ ਮੈਂ ਵਾਰ ਵਾਰ ਕਹਿੰਦਾ ਹੁੰਦਾ ਵੀ ਦਿੱਲੀ ਇੱਕ ਦਿਨ ਇਕੱਠੇ ਹੋ ਕੇ ਤੁਸੀਂ ਵਗ ਜਾਓਗੇ ਪਰ ਇਹ ਬੇਈਮਾਨ ਲੋਕ ਉੱਥੇ ਤੁਹਾਡੇ ਤੇ ਤੱਤੇ ਪਾਣੀ ਦੀਆਂ ਵਿਛਾੜਾਂ ਪਾ ਕੇ ਤੇ ਤੁਹਾਨੂੰ ਇਹ ਉੱਤੋਂ ਖੇਡਣ ਦੀ ਕੋਸ਼ਿਸ਼ ਕਰਨਗੇ ਪਰ ਜ਼ਮੀਨ ਨੂੰ ਜਿਹੜੀ ਅਸਲੀਅਤ ਨੀਤੀ ਹੈ ਨੀਤ ਬਦਲੀ ਹੋਈ ਹੈ ਵੀ ਜ਼ਮੀਨ ਕਿਸਾਨੀ ਤੋਂ ਕਿਵੇਂ ਖੋਲ੍ਹ ਗਈ ਜਿਵੇਂ ਸਾਡੇ ਬਿਹਾਰ ਦੇ ਵਿੱਚ ਭਈਏ ਆਉਂਦੇ ਵਿਚਾਰੇ ਚੌਲ ਲਾਉਣ ਉਹ ਵੀ ਕਿਸਾਨ ਨੇ ਉਹਨਾਂ ਕੋਲੇ ਜ਼ਮੀਨ ਸੀਗੀ ਜ਼ਮੀਨ ਉਹਨਾਂ ਦੀ ਘਾਟੇ ਬੰਦ ਪਾਸੇ ਲਿਜਾ ਕੇ ਜਿਹੜਾ ਕਾਲਾ ਕਾਨੂੰਨ ਆਪਣੇ ਦੇ ਪੰਜਾਬ ਦੇ ਲੋਕਾਂ ਤੇ ਹਰਿਆਣੇ ਦੇ ਸੌਂਪਣ ਲੱਗੇ ਨੇ ਇਹ ਪਹਿਲਾਂ ਉਹਨਾਂ ਸਟੇਟਾਂ ਦੇ ਵਿੱਚ ਸੌਂਪ ਕੇ ਦੇਖਿਆ ਉੱਥੇ ਘਾਟੇ ਵੱਲ ਵਗੇ ਉਹ ਭਈਏ ਮਤਲਬ ਚੌਲ ਇੱਥੇ ਤਾਂ ਲਾਉਣ ਆਉਂਦੇ ਨੇ ਉਹਨਾਂ ਦੀ ਜ਼ਮੀਨ ਉਹਨਾਂ ਦੇ ਹੱਥਾਂ ਚੋਂ ਕੁੱਸ ਗਈ ਹੈ ਇਸ ਕਰਕੇ ਸਾਰਿਆਂ ਨੂੰ ਸੋਚਣ ਦੀ ਲੋੜ ਹੈ ਕਿਸਾਨਾਂ ਨੂੰ ਨੌਜਵਾਨਾਂ ਨੂੰ ਮਜ਼ਦੂਰਾਂ ਨੂੰ ਕੱਲ ਮੈਂ ਇੱਕ ਮੋਬਾਈਲ ਦੇ ਉੱਤੇ ਨਾ ਵੀਡੀਓ ਦੇਖੀ ਸੀਗੀ ਉਹ ਮਜ਼ਦੂਰ ਸੀਰੀ ਹੈ ਤੇ ਕਿਸਾਨ ਨਾਲ ਸੀਰ ਲੜਿਆ ਹੋਇਆ ਉਹ ਰੌਲਾ ਕੀ ਸੀਗਾ ਜਦੋਂ ਸੀਰੀ ਖੇਤ ਕੰਮ ਕਰਦਾ ਸੀ ਰਾਤ ਦਾ ਪਾਣੀ ਲਾ ਰਿਹਾ ਸੀ ਤੇ ਕਿਸਾਨ ਮਤਲਬ ਮਗਰ ਰੋਟੀ ਲੈ ਕੇ ਵਗ ਗਿਆ ਜਦੋਂ ਰੋਟੀ ਲੈ ਕੇ ਗਿਆ ਨਾ ਉਹਨੇ ਆਖਿਆ ਤੂੰ ਰੋਟੀ ਖਾ ਲਾ ਰੋਟੀ ਖਾਣ ਲੱਗ ਗਿਆ ਕੇ ਉਹ ਤੋਂ ਬਾਅਦ ਉਹ ਕਹਿੰਦਾ ਤੂੰ ਥੱਕਿਆ ਤੂੰ ਸੌ ਜਾ ਉਹ ਸੌ ਗਿਆ ਉਦੋਂ ਥੋੜੇ ਕਿਸਾਨ ਨੇ ਕੀ ਕਰਿਆ ਮੰਜਾ ਚੱਕ ਕੇ ਤੇ ਦਰਖਤ ਨਾਲ ਲਾ ਲਿਆ ਤੇ ਇੱਕ ਲੈ ਲਿਆ ਰਹੀ ਵੀ ਮਤਲਬ ਆਹ ਡਾਣਾ ਵੜ ਦਿਆ ਉਹ ਵਿਚਾਰਾ ਤਾਹਾਂ ਤੋਂ ਡਿੱਗ ਪਿਆ ਡਿੱਗ ਗਈ ਇੱਥੇ ਲੱਤ ਟੁੱਟ ਗਈ ਜੋ ਲੱਤ ਟੁੱਟ ਕੇ ਉਹਨੇ ਚੱਕ ਕੇ ਸੀਰੀ ਨੇ ਘਰ ਲਿਆਂਦਾ ਪਲਾਸਟਰ ਲਵਾਇਆ ਉਦੋਂ ਬਾਅਦ ਦੇ ਵਿੱਚ ਕਿਸੇ ਗੁਰਦੁਆਰੇ ਵਿੱਚ ਲਾਓ ਸਮਿਟ ਹੋ ਰਹੀ ਸੀ ਵੀ ਤਿੰਨ ਆਦਮੀ ਨੇ ਇੱਥੇ ਲਿਆਂਦੇ ਜਿਹੜੇ ਇਹਨਾਂ ਦੇ ਖਿਲਾਫ਼ ਧਰਨਾ ਦੇਣਾ ਜੋ ਕਿਸਾਨ ਪੈਸਾ ਨੂੰ ਪਤਾ ਕੀ ਕਹਿੰਦਾ ਸੀ ਆਪਦੇ ਸਿਰ ਨੂੰ ਸੱਦ ਕੇ ਕਹਿੰਦਾ ਕਿ ਯਾਰ ਮੈਂ ਅੱਜ ਧਰਨੇ ਤੇ ਆਉਣਾ ਸੀ ਮੇਰੀ ਲੱਤ ਟੁੱਟ ਗਈ ਉਹ ਸਿਰ ਹੀ ਕਹਿੰਦਾ ਤੇਰੀ ਲੱਤ ਟੁੱਟ ਗਈ ਕੋਈ ਗੱਲ ਨੀ ਮੈਂ ਜਾਊ ਉਹ ਕਹਿੰਦਾ ਨਹੀਂ ਯਾਰ ਜਾਣ ਦਾ ਨਹੀਂ ਸੀ ਉਹ ਕਹਿੰਦਾ ਮੈਂ ਤੇਰਿਆ ਕਹਿ ਸਕਦਾ ਸੀ ਮੈਂ ਜਾਊ ਜਦੋਂ ਯਾਰ ਹੁੰਦੇ ਰਹੇ ਸਿਰ ਹੀ ਮਤਲਬ ਧਰਨੇ ਤੇ ਚਲਿਆ ਗਿਆ ਜੋ ਸਿਰ ਹੀ ਕਿਸਾਨੀ ਦੇ ਹੱਕ ਚਲਿਆ ਗਿਆ ਤੇ ਸਿਰੀ ਦੇ ਘਰ ਵਾਲੀ ਸੀਗੀ ਜਿਹੜੀ ਉਹ ਵਿਚਾਰੀ ਸਿੱਧੀ ਸਾਧੀ ਸੀ ਉਹਨੂੰ ਐਸੀ ਆਪਾਂ ਜੱਟਾਂ ਦਾ ਕੰਮ ਆਪਾਂ ਕੋ ਜਾਈਏ ਉਹ ਸਿਰੀ ਦੇ ਘਰੇ ਜਾਣ ਲੱਗੇ ਬਿੰਦੇ ਬਿੰਦੇ ਜਾਵੇ ਸਾਡਾ ਬੰਦਾ ਕਿੱਥੇ ਹੈ ਉਹ ਕਹਿੰਦਾ ਕਰਮ ਧਰਨੇ ਸੀਗੇ
चलो होंदे होंदे उन्होंने जो खेत धरने तो आ गया सीरी वो जिमीदार कह रहे भाई तू घरे तेरे घर वाली घबराई फिर बिंदे लिया जो घरे गया सीरी तो बेचारी कणक छंडी जाती सी बस चल पी मूहो चल के रौला झगड़ा करा वे उन्हें फिर सीरी ने समझाया कहना जो कणक छंड रही है ये कितों आई है वह कहती किसानों के खेतों चो आई है कहता जरा फिर आप पिछे गुड्डी के विह लख रुपया फड़े वह कितों आया है वो फिर चाचे का तो फड़े वह कहना फिर जी तेरे कॉटन की उत्तर चुन्नी लेती है ये कितों आई है उन्होंने बेचारी पता नहीं सी वह कहती तो दुकान तो आई है वह कहना नहीं ये किसानों के खेतों चो फसल तैयार हुई है नरमे को पाने तेरी चुन्नी बनी है जो दवान खुल गया वह कहती कल न मैं भी साढ़े सारे विड़िया आखूंगी जो आप धरने चल गए ये कहती चुन्नी भी किसानों के खेत चो बनी है मेरा कहने का मतलब सारा दबका साडा मजदूर किसान सारा खेती जुड़िया होया जो किसी गरारी का धंधा भुर जाए उन्हें कैन लैन लग जाती है जो कोई कैन लेगी तो मोटरसाइकिल ने खड़ जाना है इस करके जिमें साडे नाल आ ट्रैक्टर के मिस्त्री जुड़े हुए हैं जिते साडे को ट्रैक्टर ना हो खेती ना हो मिस्त्री का घटो घाण है जो खेती तो असी वजे हो गए मजदूरों का भी घटो घाण है मेरा कहने का मतलब सारा कुछ खेती ना जुड़े है दूजे पासे देख लो जो असी मंडी च दाने ना ले साडे मजदूर झाड़ भरना घटो घाण है जेड़े आड़तों के मलेम रखे ने उन्होंने भी घरों छुट्टी कर देनी असं की करा जिसका आप ही भुखे मरते हैं कहना मतलब सारा सिस्टम खेती के नाल जुड़िया होया है जिन्हों खोह जा रहे हैं कल भी मैं दसिया कि मैं अच्छ दोबारा भी समझा देना जो नवे आए हैं कि जो ये खेती आए नहीं होंगे भी छोटे डांगा मार के खोलन ये ना भुलेखे च रहो खोहे एक तरीके जो तुम मंडी के फसल लेके जाओगे जब 1800 में झोना है तो यह घट्टो घट्ट पासे में खड़ के 2200-2300 खरीदने की कोशिश करेंगे तुम उत्थे ये सोचोगे कि इधर तो 1800 रुपये ही मिलता है तो दादल हो गए मंडी च बैठा दादल हो गए मंडी च बैठा यह 1800 मिलता है दूजे पासे प्राइवेट वाला सानू 2200 रुपये दिता है तो मैं नल के पैसे दे लूँ नाले झाड़ता नहीं भारदा नहीं टक्कर में चढ़ा के ट्रैक्टर वेला कर देगा 10 मिनट फिर तुम कह उधर जाओगे जो तुम उधर आ गए उस बाद मंडिया के किसी ने आज लिया नहीं क्यों उन्हें लालची यह जहाँ देखना है वधिया यह जहाँ कमरा होया कोई जिसे जाके किसान नूं भाल लिया करेंगे ठंडे ठंडा पानी ठंडा उन्होंने पीण वधिया शौक नाल रखेंगे आते तुरती पैसे दे दिया करेंगे छोटिया मंडिया का भोग पैजूगे जो मंडी चाहिए दाने ले जाने उस बाद मंडी लागे तो हम फिर दाने कितने ले जावे फिर वो ठगा को लुटेर को मूहे धर गए वो आखे 10 कमान दे दे इधरों की रेट देगा ऐसा 2500 मांग 1000 लेना तो ले लें फिर साड़ी जान उदो मुठी च फस जूगी भी हूँ असं 1000 को किवें दे चले कि साड़िया माल मंडिया का भोग पाया पिछे थोनू किसी पता लगे भी साड़िया माल मंडिया प्राइवेट करके बेचतियां 1 तरीक का रामपुरा लगता हों लगता 8 तरीक की मानता लगती होंगी लगती है अपना बरेटा लगता हों बलाडा लगता सी कोई मंडी माल मंडी लगती है हम तुम फसे 10,000 पशु दिने कि नहीं जहाँ घर च खड़े आही कम होना है ये गल् सोच समझ सू पता नहीं लगन देंगे भी साढ़े नाल बनी की जा रहा है पर हूँ जमीन में जो खोन का तरीका यह है जो सा खेती घाटे वाल वागी आ मेरे भी पुलिस आए नौजवान ये भी सुनते हैं इन्होंने दिमाग च हजे ये गल हो भी साड़ी तो 65,000 ठेके से लग जाती है पर मैं कहना दल गया सारा देखू क्योंकि ठेके से लो कौन आप जो जो घाटा पैन लग गया जो हम 1800 में झोना बिकता है तो 1000 में बिका फिर असं हथ खड़े करते हैं साड़ी तो जमीन सांभ लो इस तरीके सब जमीन लैन के भी साड़ी जमीन सांभ लो फिर थोड़ू पता ठग की कर लगे आके की ठेका चलता साढ़े चलता 65,000 वो थोड़ा आखने 80,000 5 साल वास्ते साढ़े ना यदा टाइम बना लो 5 साल के पैसे कट्ठे ले लो फिर अं 5 साल के कट्ठे पैसे लेके
फिर असि पैसा दो तीन साल चला देंगे। किसी ने धी का विआह करना, किसी ने पुत का विआह करना, किसी ने घर पाना, वो पैसे असि तीन साल च चला देंगे ठेके वाले। फिर अगले जेडे दो साल हो गए, मतलब जेडे दो साल हो गए उन्होंने तो पैसे कितों मंगा गए? जो साड़ी जमीन का ठेके दिती होगी अभी तो दिहाड़ीदार होवे उदो फिर अर्थ हम दिता नहीं। हूं तो मानसा जा गया मौत तो अर्थ फल लेने फसल दे देंगे। उदो फिर उन्होंने ठेका तो दो साल का पहला ठेका लेना पिया करू। जिमें कि मेरा भैन दुद्ध पाऊंगे ना ब्याह उत्ते पैसा जल पूरे हो गए भाई गाह दे जा गाह तेन पा जाएगा उन्होंने ठेका थोनू पहला लेना पिया करूंगा। जब तुम उन्होंने तो ठेका ले लिया उन्होंने तू छेती खा जाओगे। कह का मतलब थोन आखे चंगा फिर तुम सू हम पैरी बेच लो। जो मैं पैर फसार इस तरीके नसार हौली हौली फिर थोन 12-15 लाख दे के जमीन चो पासे कर देने ते सोडी जमीन से कब्जा करके सोथों इन्हें दिहाड़ी करा के सीरी बना के सोथों इन्होंने काम लेना दिन से रात। क्योंकि थोड़ी मजबूरी इन्नी बन जाए महंगाई इन्नी चकती महंगाई तो किधर नहीं जा रही। कणक का मतलब किसानी का वाधा जो 18% हो रहा है तो महंगाई च 75% हो रहा है रलोंगे किवें नाल? मतलब तुसी रात को उठ के नहीं खाध्या? एक तो मूर्ख बंदा हो सकता यार कि सारे पंजाब के किन्ने किसान हो छोटे सारे जमें करजे मैं गरंटी करदा एक खड़ा कह दूंगा जमें करजे सारे तो अभी मूर्ख नहीं सारे मूर्खता ही करजा चढ़ा लिया। थोनू ये एक अपना निगाह मार लो जो किसी कमीन लगी तो देखी नहीं फिर जेड़े कहीं 5 किले है वो 5 लख है जेड़े कहीं 10 किले 10 लख ये तुम आपो आप अंदर निगाह मार लो। जो गल हैगी तो ठीक है नहीं हैगी मैं खड़े होकर जवाब दे दो। ये नीति है नीति के नाल सानू यह मार रही ने कंपनियां जिमें हम ये कहते भी एक यह जहाँ उसे लगे मुर्गे के घट्टो घट 5-5 लख बोरी भरनी है उसे किन्ने बंद की लड़ है? सिर्फ 10 बंद उ बोरिया भरू उ झाड़ू उ सरू मशीन से कम सारा सानू तो मजदूर ने छुट्टी असि फिर किमें बचा यार घर बैठे है। जो किसी स्पीकर च बोल दिया उदो चौड़े जो कि कह दिया क्या नंग सिर खाई जाते यार उन्होंने हजे ये तो नहीं जानना। एक मैं भलमानस एक होर मिलिया वो कहना नहीं यह तो सारा कुछ एक हो जूगा कहना गरीब भी एक ही तो अमीर भी एक ही यह कुछ तो हो जाऊ दिहाड़ी सारे करा ये गलों पूरी समझन से सोचने की लड़ है। ये बहुत बारी जमीन जा चुकी है पंजाब की 5वीं 6वीं बार जाने की तैयारी है बहुत वड्डी पद्धर से लड़ाई लड़नी पेगी। जे तुम भुलेखे च हो कि इतने रेलवे ड्राइवर रोक के ये लड़ाई में अं जित लेंगे पर मैं नहीं लगता जो लटेरे जमीन च बन गए उत्थे फिर वो डांग खड़कूगी उत्थे किसानी की डांग खड़कू। मेरा कहने का मतलब है भी साडे घर का कुत्ता रखा होंदा है उन्हें तुसी रोटी पाने दौड़ करदा है कदे तजर्बा कर लियो उन्हें रोटी सिर दो ते जो रोटी दुबारे चकोगे वो थोड़े झुट मारूगा थोड़े घर का रखा। अज साडी रोटी आ कुत्ता जान लगी डिगण लगी है थोड़ी रोटी कुत्ते दे विच आए डिगण लगी है ये भी जो चकोगे थोड़े झुट मारनगे। ये गल सोचण की लोड़ है समझण की लोड़ है। एक मेरे ना साडे पिंड एक अज बंदा जिरा करे कहिंदा इन्नी जमीन ते कल्ले कब्जा किवें कर लैणगे तू आप ही आखेगा वाह जमीन ते ठेके ते लै लो जो मैं मजदा नहीं। इस करके किसान भी हो सारे का मलबा वेट सारा कुत्ते छपाया करने जा रहा है। जिहड़ा नरेंद्र मोदी है ये देश की सरकार नहीं ये व्यापारियों की सरकार है कौरको घटाणियों की सरकार है। उन्होंने तो इलेक्शन के वेले मोटे पैसे लेके इलेक्शन लड़ रहे हैं उन्होंने आख्या सारा कुछ थोनू मैं कानून बना के दूंगा। मैं तो यार पहली बार सुने कि सरकार फायदा करती होगी किसानी का किसानी रौला पाते साढ़ा तो करो ना तुम कभी आखे नहीं भी मतलब साडा तो ऑर्डिनेंस लियाओ मतलब भी सरकार थोड़ा मनोवली फायदा करने फिरती है फिर सू समझ नहीं आ रही सारे सोचने की लड़ है। जो पहली बार हो रहा है 70 साल
ਵੀ ਉਹਦਾ ਕਹਿੰਦਾ ਮੈਂ ਤੁਹਾਡਾ ਫਾਇਦਾ ਕਰਨਾ ਤੇ ਤੁਸੀਂ ਸਾਰੇ ਕਹਿੰਦੇ ਕਰਾਉਣਾ ਨੀ। ਜੇ ਤੁਹਾਨੂੰ ਇਸ ਗੱਲ ਦਾ ਪੂਰਾ ਚਾਨਣ ਹੈ ਫਿਰ ਵੀ ਤੁਸੀਂ ਕਹਿੰਦੇ ਫਾਇਦਾ ਕਰਾਉਣਾ ਨੀ, ਉਹ ਕਹਿੰਦਾ ਮੰਨੋ ਬੋਲੀ ਕਰਨਾ। ਪਰ ਮੈਨੂੰ ਤਾਂ ਨੀ ਲੱਗਦਾ ਵੀ ਫਾਇਦਾ ਆਪਣਾ ਕਰੂਗਾ, ਕਿਉਂਕਿ ਹੁਣ ਦੋ ਪਾਰਟੀਆਂ ਇੱਥੇ ਪੰਜਾਬ ਦੇ ਵਿੱਚ ਜਿਹੜੀਆਂ ਰਾਜਨੀਤਿਕ ਨੇ, ਛੋਟੀਆਂ ਪਾਰਟੀਆਂ ਹੋਰ ਵੀ ਨੇ ਜਿਹੜੀਆਂ ਸਦਾ ਚੱਲਦੀਆਂ ਨੇ, ਪਰ ਦੋਨੇ ਅੱਜ ਪੂਰਾ ਕਿਸਾਨੀ ਦਾ ਮਜ਼ਾਕ ਉਡਾ ਰਹੀਆਂ ਨੇ। ਮਜ਼ਾਕ ਕੀ ਉਡਾ ਰਹੀਆਂ ਨੇ, ਉਹ ਆਊਗਾ ਸਿਆਸੀ ਰੋਟੀ ਉੱਧਰ ਸੇਕਦਾ ਫਿਰਦਾ, ਇੱਕ ਇੱਧਰ ਫਿਰਦਾ। ਤੁਹਾਨੂੰ ਪਤਾ ਹੈ ਅੱਜ ਸੁਖਬੀਰ ਬਾਦਲ ਕੇ ਕਹਿੰਦੇ ਅਸੀਂ ਬਾਹਲੀ ਵੱਡੀ ਕੁਰਬਾਨੀ ਦਿੱਤੀ ਹੈ, ਅੱਗੇ ਅਸੀਂ ਤਾਂ ਕੈਬਨਿਟ ਨੂੰ ਮੰਤਰੀ ਤੋਂ ਅਸਤੀਫਾ ਦਿਆ ਹੈ। ਕਿੱਡੀ ਗੱਲ ਹੈ ਫਿਰ ਦਿਆ ਹੈ, ਤੁਸੀਂ ਇਹਦਾ ਲੋਕਾਂ ਨੇ ਬਣਾਇਆ ਸੀ ਨਾ ਫਿਰ ਦਿਆ ਹੈ, ਇਹ ਤਾਂ ਸਾਡੇ ਕਿਸਾਨ ਘਰ ਹੈ। ਦੂਜੇ ਪਾਸੇ ਕਹਿੰਦੇ ਅਸੀਂ ਤਾਂ ਭਾਜਪਾ ਦਾ ਨਾਤਾ ਤੋੜ ਲਿਆ, ਐਡੀ ਕੁਰਬਾਨੀ ਥੋੜੀ ਹੈ। ਪਰ ਜਿੱਦੇ ਧਰਨਾ ਤੁਸੀਂ ਦਿੰਦੇ ਦਿੰਦੇ ਉੱਦੀ ਹੈ, ਪਿੱਛੇ 25 ਦਾ ਬੰਦ ਐਲਾਨ ਕਰਿਆ, ਸਾਨੂੰ ਕਹਿੰਦੇ ਅੱਜ ਹੀ ਧਰਨਾ ਅਸੀਂ ਦੇਵਾਂਗੇ, ਸਾਡੀ ਡਿਊਟੀ ਝਨੇਰ ਸੀਗੀ, ਕਹਿੰਦੇ ਅਸੀਂ ਸਰਦੂਗੜਾ ਬੱਚੇ ਲੱਗੇ ਧਰਨਾ ਦੇਵਾਂਗੇ। ਦੂਜੇ ਪਾਸੇ ਇੱਕ ਨੂੰ ਪ੍ਰੋਗਰਾਮ ਦਿੱਤਾ ਸੁਖਬੀਰ ਬਾਦਲ, ਕਹਿੰਦਾ ਮੈਂ ਚੰਡੀਗੜ੍ਹ ਜਾਊਂਗਾ, ਉੱਥੇ ਕੁੱਟ ਕਟਿਆ ਕਿਤੇ ਪਿਆ ਤੁਹਾਡੇ ਲੋਕਾਂ ਤੇ, ਉਹਨਾਂ ਦਾ ਪੁਲਿਸ ਨੇ ਰੈਕਟ ਕਰ ਲਿਆ, ਤੁਹਾਡੇ ਵਰਗੇ ਕੁੱਟੇ ਗਏ ਜਿਹੜੇ ਮੇਰੇ ਵਰਗੇ ਕੱਠਾ ਵਜਾਉਂਦੇ ਆ ਵੀ ਮੈਂ ਅਕਾਲੀ ਆ ਮੈਂ ਕਾਂਗਰਸੀ ਆ, ਉਹਨਾਂ ਤੇ ਕੁੱਟ ਨਹੀਂ ਪਈ ਗਈ, ਇੱਥੇ ਆਮ ਲੋਕ ਕੁੱਟੇ ਗਏ। ਇਹ ਗੱਲਾਂ ਸਾਰਿਆਂ ਸੋਚਣ ਦੀ ਲੋੜ ਹੈ। ਆਹ ਕੈਪਟਨ ਪਰਸ ਚ ਉੱਥੇ ਆਪਣੇ ਮੈਨੂੰ ਜੇ ਹਜੇ ਦਿੱਤੀ ਹੈ ਰਾਹੁਲ ਗਾਂਧੀ ਆਇਆ, ਕਹਿੰਦਾ ਪੰਜਾਬ ਦਾ ਦੁੱਖ ਸੁੱਖ ਦਾ ਪਤਾ ਲੈਣ ਜਾਂਦਾ, ਪੰਜਾਬ ਤਾਂ ਦੁਖੀ ਹੈਗੇ ਨੀ, ਅਸੀਂ ਤਾਂ ਅਸੀਂ ਤਾਂ ਪੱਥਰ ਦੇ ਉੱਤੇ ਪਏ ਆ ਦਿਨ ਤੇ ਰਾਤ। ਜੇ ਤੂੰ ਪੰਜਾਬ ਦਾ ਭਲਾ ਚਾਹੁੰਦਾ ਤੂੰ ਪਾਰਲੀਮੈਂਟ ਦੇ ਮੂਹਰੇ ਬੈਠ, ਵੀ ਮੈਂ ਤਾਂ ਮੋਦੀ ਨੂੰ ਬਾਹਰ ਨੀ ਲਿਖਣ ਹੁੰਦਾ, ਫਿਰ ਤਾਂ ਇਹ ਮੰਨੀਏ ਜਾਂ ਕੁਛ ਵੀ, ਤੁਸੀਂ ਸਾਡੇ ਹੱਕ ਦੀ ਲੜਾਈ ਲੜਦੇ ਹੋ। ਪਰ ਜਦੋਂ ਤੁਸੀਂ ਸਾਡੇ ਹੱਕ ਦੀ ਲੜਾਈ ਲੜਦੇ ਨੀ ਸਾਨੂੰ ਪੂਰਾ ਸਾਹਮਣੇ ਚਾਨਣਾ, ਤੇ ਫਿਰ ਮਤਲਬ ਸਾਡੇ ਹੱਕ ਤੁਸੀਂ ਕਿੰਨਾ ਕੁ ਲੜੋਗੇ? ਇੱਕ ਦਿਨ ਮਲੂਕਾ ਸਾਹਿਬ ਲਈ ਜਾਂਦਾ ਸੀ, ਕਹਿੰਦਾ ਕਿਸਾਨਾਂ ਦਾ ਲੜਨਾ ਬਹੁਤ ਔਖਾ, ਹੁਣ ਤਾਂ ਆਪਾਂ ਮੂਹਰੇ ਲੱਗਣਾ ਪਊਗਾ। ਜੇ ਮੂਹਰੇ ਲੱਗ ਤੁਸੀਂ ਕਿਤੇ ਆਏ ਨੀ ਕਹਿ ਲਓ ਵੀ ਅਸੀਂ ਤਾਂ ਬਥੇਰਾ, ਜੇ ਮੂਹਰੇ ਲੱਗ ਲਏ ਸਾਥੋਂ ਕੋਈ ਪੱਲੇ ਨੀ ਤਾਂ ਕਹੇ ਮਗਰ ਵੀ ਲੱਗ ਕੇ ਦੇਖ ਲਓ, ਕਹਿੰਦੇ ਮੂਹਰੇ ਤਾਂ ਤੁਸੀਂ ਸਾਰੀ ਉਮਰ ਦੇ ਲੱਗਦੇ ਆ ਰਹੇ ਹੋ, ਤੇ ਕਦੇ ਆਏ ਨੀ ਦੇਖ ਲਓ ਵੀ ਅਸੀਂ ਕਿਸਾਨੀ ਦੇ ਮਗਰ ਲੱਗ ਗਈ ਯਾਰ। ਪਰ ਤੁਹਾਨੂੰ ਇਹ ਸਾਰੇ ਇੱਕੋ ਰਲੇ ਹੋਏ ਨੇ, ਇਹਨਾਂ ਨੇ ਇੱਕੋ ਰੰਗ ਬਦਲਿਆ, ਰੰਗ ਬਦਲਿਆ, ਨੀਤੀ ਉਹੀ ਹੈ, ਅੱਖਾਂ ਨੇ ਮੂਹਰੇ ਤੁਹਾਡੇ ਪਰਦਾ ਪਾਇਆ, ਇੱਕ ਪਰਦੇ ਦੇ ਮੂਹਰੇ ਆ ਜਾਂਦਾ, ਇੱਕ ਪਰਦੇ ਦੇ ਪਿੱਛੇ ਹੋ ਜਾਂਦਾ। 5 ਸਾਲ ਤੋਂ ਫਿਰ ਦੂਜਾ ਤਾਰਿਆ ਪਾਉਂਦਾ ਇੱਕ ਤੋਕੀ ਮੈਂ ਆਊ, ਜਦੋਂ ਭਵਾਂ ਪਿਛਲੇ 10 ਸਾਲ ਦੇ ਵਿੱਚ ਸੁਖਬੀਰ ਸਾਹਿਬ ਬਾਦਲ ਦੀ ਸਰਕਾਰ ਰਹਿ ਗਈ ਉਦੋਂ ਕੁਛ ਨੀ ਹੋਇਆ ਯਾਰ, ਹੁਣ ਮੂਹਰ ਲਿਆ ਕੇ 5 ਸਾਲ ਕੀ ਕਰੇਗਾ? ਇਹ ਸਮਝਣ ਦੀ ਲੋੜ ਹੈ। ਹੁਣ ਜੇ ਤਾਂ ਕਾਂਗਰਸ ਦੀ ਸਰਕਾਰ ਆ ਜਾਂਦੀ ਹੈ ਅਕਾਲੀ ਦਲ ਆਇਆ ਕਹਿੰਦਾ ਕਿਸਾਨੀ ਦਾ ਬਾਹਲਾ ਮਾੜਾ ਹੋ ਜਾਂਦਾ, ਤੇ ਜਦੋਂ ਅਕਾਲੀ ਦਲ ਦੀ ਸਰਕਾਰ ਆ ਜਾਂਦੀ ਉਦੋਂ ਕਾਂਗਰਸ ਆਏ ਪਿੱਟਣ ਲੱਗਦੇ ਬਾਹਲਾ ਮਾੜਾ ਕਰਦੇ, ਫਿਰ ਸਾਨੂੰ ਸਮਝ ਨੀ ਆ ਰਹੇ ਕਿਹੜਾ ਤੁਹਾਡੇ ਚੋਂ ਮਾੜਾ ਕਰਦਾ ਕਿਹੜਾ ਚੰਗਾ ਕਰਦਾ। ਇਹ ਗੱਲਾਂ ਨੂੰ ਸਾਨੂੰ ਪੂਰਾ ਸੋਚਣਾ ਪੈਣਾ, ਜਿੰਨਾ ਚਿਰ ਅਸੀਂ ਇਹ ਗੱਲਾਂ ਪੂਰੀਆਂ ਨਹੀਂ ਸੋਚਦੇ ਇਹਨਾਂ ਤੋਂ ਗੰਡੋਲੀ ਤੋਂ ਖਹਿੜਾ ਨਹੀਂ ਕਿਸੇ ਲੋੜ ਛੁੱਟ ਰਿਹਾ। ਇਹ ਸਾਨੂੰ ਜਿਵੇਂ ਮੋਦੀ ਨੇ ਚਾਹ ਵਿੱਚ ਇਕੱਲਾ ਬਿਸਕੁਟ ਨਹੀਂ ਡੁੱਬਦਾ, ਤੁਹਾਡੇ ਦੇਸ਼ ਨੂੰ ਡੋਬਣ ਜਾ ਰਿਹਾ। ਨਰਿੰਦਰ ਮੋਦੀ ਇੱਕ ਚਾਹ ਦੇ ਵਿੱਚ ਬਿਸਕੁਟ ਨਹੀਂ ਡੁੱਬਦਾ ਹੁੰਦਾ, ਤੁਹਾਨੂੰ ਸਾਰਿਆਂ ਨੂੰ ਡੋਬਣ ਜਾ ਰਿਹਾ। ਇਹਦੋ ਚਕੰਨੇ ਹੋਣ ਦੀ ਲੋੜ ਹੈ, ਇਕੱਠੇ ਹੋਣ ਦੀ ਲੋੜ ਹੈ। ਪਰ ਪੋਲੇ ਹੱਥ ਨਾਲ ਮੋਦੀ ਸਾਹਿਬ ਦਿਹਾਰੀ ਸੀਗੇ ਜਿਹਨਾਂ ਨੇ ਜ਼ਮੀਨ ਛੱਡਤੀ, ਮੈਂ ਤੈਨੂੰ ਆ ਕੈਮਰੇ ਰਾਹੀਂ ਵੀਡੀਓ ਬਣਾ ਰਿਹਾ ਮੁੰਡਾ, ਉਹ ਮੈਂ ਤੈਨੂੰ ਕੈਮਰੇ ਰਾਹੀਂ ਦੱਸ ਰਿਹਾ, ਪਰ ਪੰਜਾਬ ਦੇ ਲੋਕ ਇੱਜ਼ਤ ਧਿਆਨ ਵਾਲੇ ਹੈ, ਤੈਨੂੰ ਜ਼ਮੀਨ ਛੱਡਦੇ ਨੀ, ਜਿੱਥੇ ਜ਼ੋਰ ਲਾਉਣਾ ਲਾ ਲਈ। ਪਰ ਤੂੰ ਜਿਹੜਾ ਕਹਿੰਦਾ ਮੈਂ ਕਿਸਾਨੀ ਦਾ ਭਲਾ ਕਰਨਾ, ਅਸੀਂ ਤਾਂ ਪਹਿਲੀ ਵਾਰੀ ਸੁਣ ਰਹੇ ਹਾਂ ਵੀ ਭਲਾ ਹੋਣ ਜਾ ਰਿਹਾ, ਤੇ ਅਸੀਂ ਉਹਨੂੰ ਲੜ ਗਏ ਸਾਡੇ ਕਰੋਨਾ। ਇਹ ਸਾਰੇ ਬਈ ਮਤਲਬ ਸਾਰੇ ਰਲੇ ਹੋਏ ਨੇ, ਸਾਰੇ ਦੀ ਇੱਕੋ ਨੀਤੀ ਹੈ। ਤੁਸੀਂ ਹਿਸਾਬ ਲਾ ਲਓ ਕਿੰਨੇ ਆਪਣੀ ਸਰਕਾਰੀ ਥਾਂ ਸੀ, ਕੋਈ ਹਸਪਤਾਲ ਸੀ, ਕੋਈ ਮਾਲ ਮੰਡੀ ਜੋ ਪਹਿਲਾਂ ਸਹੀ, ਐਵੇਂ ਜੋ ਕੋਈ ਸਰਕਾਰੀ ਆਪਣੇ ਪਿੰਡਾਂ 'ਚ ਬਾਰਡਰ ਬਸ ਨਹੀਂ, ਬਾਰਡਰ ਬਸ ਦੇ ਉੱਤੇ ਪੰਚਾਇਤਾਂ ਨੂੰ ਬਹੁਤ ਸਾਰੇ ਤੁਹਾਡੇ ਵਿੱਚ ਦਿੱਤੇ ਹੋਣਗੇ, ਪੰਚਾਇਤਾਂ ਤੋਂ ਕਿਉਂ ਚੱਲਦੇ ਹੋ? ਵੋਟਾਂ ਦੇ ਵਿਚਾਰੇ ਰੋਜ਼ ਮੰਗਦੇ, ਉਹ ਕਿਹਨੂੰ ਡਿਊਟੀ ਦਾ ਬਿੱਲ ਜਾ ਕੇ ਉਹ ਕਹਿਣ, ਕਿਹਦੀ ਡਿਊਟੀ ਬੰਦ ਕਰ ਦੇਣ? ਉਹ ਵਾਟਰ ਬਸ ਫੇਲ ਹੋਏ ਨੇ।
ਸਾਡੇ ਪਿੰਡ ਦੇ ਹੀ ਲਾਡਰਵਾਲ ਦੀ ਵਾਰੀ ਆ ਗਈ। ਸਾਡਾ ਸਰਪੰਚ ਛੋਟੀ ਉਮਰ ਦਾ ਸੀਗਾ ਤੇ ਉਹਨੂੰ ਕਹਿੰਦੇ ਵੀ ਅੱਜ ਲਾਡਰਵਾਲ ਤੁਹਾਡਾ ਪੰਚਾਇਤ ਨੂੰ ਦੇਵਾਂਗੇ ਤਾਂ ਆਮਦਨ ਵਧਾਉਣੀ ਆ ਪੰਚਾਇਤ ਦੀ। ਉਹਨੇ ਮੈਨੂੰ ਸੱਦਿਆ, ਮੈਨੂੰ ਕਹਿੰਦਾ ਬਾਈ ਜਿਹੜਾ ਐਂ ਕਰਕੇ ਘੇਰਦੇ ਮੈਂ ਤਾਂ ਇੱਥੋਂ ਨੀ ਚੱਲਣਾ। ਉਹ ਮੁੜ ਕੇ ਦੂਜੇ ਤੀਜੇ ਦਿਨ ਤੁਹਾਨੂੰ ਪਤਾ ਲਾਡਰਵਾਸ ਵਾਲੇ ਕੀ ਕਹਿੰਦੇ ਸੀ, ਅੱਗੇ ਤਲਵੰਡੀ ਅਗਰੀਆਂ ਦੀ ਪੰਚਾਇਤ ਤੇ ਅਸੀਂ ਟੀਕਾ ਲਾ ਕੇ ਆਵਾਂਗੇ, ਅਸੀਂ ਅੱਜ ਪ੍ਰਾਈਵੇਟ ਕਰਕੇ ਆਵਾਂਗੇ, ਉਹਨਾਂ ਦੇ ਹੱਥ 'ਚ ਦੇ ਕੇ ਆਵਾਂਗੇ। ਤੇ ਗਾਹਾਂ ਫਿਰ ਘੱਟ ਹੀ ਰੁੱਕ ਗਏ, ਉਹ ਟੀਕਾ ਲਵਾਉਂਦੇ ਨੀ ਪੈਂਦੇ ਨੀ, ਫੜ ਫੜ ਕੇ ਪਾਓਗੇ। ਮਹਾਂ ਜਦੋਂ ਮੈਂ ਇਹਨੂੰ ਆ ਕੇ ਸਵਾਲ ਕਰਿਆ, ਸਰਕਾਰ ਦੀ ਜ਼ਿੰਮੇਵਾਰੀ ਬਣਦੇ ਤੁਸੀਂ ਚਲਾਓ ਮਹਿਲ, ਅਸੀਂ ਨਾ ਅੱਜ ਚਲਾ ਸਕਦੇ ਹਾਂ ਨਾ ਇਹਨੂੰ ਕੱਲ੍ਹ ਚਲਾ ਸਕਦੇ। ਫਿਰ ਸਾਡੇ ਪਿੰਡ ਦਾ ਬਾਰਡਰ ਬੱਸ ਹੈ ਜੀ ਸਰਕਾਰੀ ਹੈ, ਸਾਡੇ ਪਿੰਡ ਦਾ ਬਾਰਡਰ ਬੱਸ ਬਿਲਕੁਲ ਸਰਕਾਰੀ ਹੈ। ਪਿੱਛੇ ਵੀ ਖਬਰਾਂ ਦੇਖੀਆਂ ਹੋਣੀਆਂ, ਸਾਡੀ ਪਾਈਪ ਲਾਈਨ ਆ ਰਹੀ ਸੀ ਪਰ ਪਾਣੀ ਬਾਰਡਰ ਬੱਸ ਦੇ ਵਿੱਚ ਜਾਂਦਾ ਨਹੀਂ ਸੀ, ਮੂਹਰੋਂ ਉੱਚੀ ਗਾਰੇ ਮਿੱਟੀ ਦਾ ਭਰ ਗਈ ਤੇ ਲੋਕਾਂ ਨੂੰ ਥੱਲੜੀ ਧਰਤੀ ਦਾ ਪਾਣੀ ਕੱਢ ਕੇ ਬਾਰਡਰ ਬੱਸ ਦੇ ਵਿੱਚ ਤਪਾ ਕੇ ਫਿਰ ਉਹ ਪਿਆ ਕਰਨ। ਹੌਲੀ ਹੌਲੀ ਸਾਨੂੰ ਪਤਾ ਲੱਗ ਗਿਆ, ਨੌਜਵਾਨ ਮੁੰਡਿਆਂ ਨੂੰ ਪਤਾ ਲੱਗ ਗਿਆ, ਉਹਨਾਂ ਨੇ ਇਕੱਠ ਕਰ ਲਿਆ, ਇਕੱਠ ਕਰ ਲਿਆ। ਜਦੋਂ ਚਿਰ ਪਿਆਰ ਜਿਹਨਾਂ ਸੀ ਕਿ ਦੇਖਿਆ ਉਹਨਾਂ ਚਿਰ ਤਾਂ ਕੋਈ ਮੰਨਿਆ ਨਾ, ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਵੀ ਹੁਣ ਤਾਂ ਦਰਜਾ ਆਪਣੇ ਉੱਥੇ ਬਾਹਰ ਕੇ ਲਿਆਉਣਗੇ ਇਹ, ਫਿਰ ਦਵਾ ਦਾ ਭੱਜੇ ਫਿਰ ਨਾ ਕਿ ਹੁਣ ਲੈਵਲ ਕਰਦੇ ਹੋ ਕਿਹੜੇ ਪਾਸੇ ਉੱਚੀਆਂ। ਤੇ ਫਿਰ ਉਹਨਾਂ ਨੇ ਜਾ ਕੇ ਸਾਡੇ ਪਾਣੀ ਪੈਂਦਾ ਕਰਿਆ, ਲੋਕ ਹੁਣ ਮਾੜਾ ਜਿਹਾ ਪਾਣੀ ਪੀਂਦੇ। ਇਸ ਕਰਕੇ ਭਰਾਵੋ ਇਹਨਾਂ ਦੇ ਖਿਲਾਫ ਦਿਨ ਤੇ ਰਾਤ ਲੜਾਈ ਇੱਕ ਲੜਨੀ ਪਊਗੀ। ਜੇ ਤੁਸੀਂ ਇਹ ਸੋਚੀ ਗਏ ਵੀ ਚੱਲ ਯਾਰ ਸਾਂਝ ਉਹਨਾਂ ਨਾਲ ਲੜਦੇ ਆ ਲੜੀ ਜਾਣਦੇ ਕੀ ਹੁੰਦਾ ਲੜੀ ਜਾਣਦੇ ਆਪੇ ਕਰਾ ਦੇਣਗੇ, ਪਰ ਨਹੀਂ, ਲੜਾਈ ਦਸ ਵੀ ਦਾ ਤੇ ਫੇਰ ਹੋਣੀ। ਇੱਕ ਪਿੰਡਾਂ ਦੇ ਸਰਪੰਚਾਂ ਨੂੰ ਸੱਦ ਕੇ ਪੁਲਿਸ ਦੀ ਮਜਬੂਰੀ ਬਣਾਈ ਹੋਈ ਹੈ ਵੀ ਪਰਾਲੀ ਇਹਨਾਂ ਤੋਂ ਚੁਕਾਓ, ਭਲਿਓ ਮਾਨਸੋ ਇੰਨੀ ਪਰਾਲੀ ਕਿਸਾਨ ਲਿਜਾਊ ਕਿੱਥੇ। ਲੈ ਅਸੀਂ ਤਾਂ ਕਹਿੰਦੇ ਸਾਡੀ ਤਾਂ ਸਾਰੀ ਲੈ ਜਾਓ ਚੱਕ ਕੇ, ਅਜੇ ਤਾਂ ਕੋਈ ਇਹੋ ਨੀ ਮਤਲਬ ਇੱਥੇ ਧੂੰਆਂ ਕਰਨੀ ਆ, ਸਾਡਾ ਕੋਈ ਦਿਮਾਗ ਤਾਂ ਹੀ ਖਰਾਬ ਆ ਵੀ ਅਸੀਂ ਧੂੰਆਂ ਕਰਕੇ ਤੇ ਅਸੀਂ ਆਪ ਔਖੇ ਹੁੰਦੇ, ਸਾਡੀ ਮਜ਼ਬੂਰੀ ਹੈ, ਮਜ਼ਬੂਰੀ ਸਮਝਦੇ ਨੇ ਉਹ। ਇੱਥੇ ਇੱਕ ਗੱਲ ਆਈ ਸੀ ਕਪੈਨਾ ਵਾਲਿਆਂ ਦੀ, ਪਿਛਲੇ ਸਾਲ ਕਪੈਨਾ ਵਾਲਿਆਂ ਦੀ ਇਹ ਮਸਤਰੀ ਕਰੀ ਪਰ ਜਦੋਂ ਸਾਡੇ ਤੇ ਢਾਈ ਫੀਟੋ ਕੇਸ ਬਣਾ ਲਏ, ਭਾਵੇਂ ਕੋਈ ਕਪੈਨ ਵਾਲਾ ਵਿੱਚ ਬੈਠਾ ਗੁੱਸਾ ਨਾ ਮੰਨਿਓ ਪਰ ਸਾਡੇ ਤੱਕ ਮਾਗਰ ਤੱਕ ਨੀ ਗਿਆ। ਅਸੀਂ ਦਸ ਵੀਹ ਦਿਨ ਰਹੇ ਹਾਂ ਉੱਥੇ ਸਿਆਲ ਦੇ ਮਹੀਨੇ, ਕਿੰਨਾ ਚਿਰ ਸਾਡੇ ਤੋਂ ਕੇਸ ਰੱਦ ਨਹੀਂ ਕੀਤੇ, ਕਿਉਂਕਿ ਬਸ ਇਹੀ ਕਹਿ ਰਹੇ ਸੀ ਅਸੀਂ ਵੀ ਆਹ ਪਰਾਲੀ ਤਾਂ ਮਚਾਉਣੀ ਪਊਗੀ, ਆਹੀ ਕਸੂਰ ਸੀ ਇਹਦਾ।